ਰਹਿਣ ਸ਼ਾਲਾ ਕਰ ਰਹਿਣ ਸ਼ਾਲਾ ਦੋਵੇਂ ਘਰ ਆਬਾਦ ਯਾਰੀ ਜ਼ਿੰਦਾਬਾਦ। ਜੁਗ ਜੁਗ ਜੀਵੇ ਪੰਜਾਬ। ਮੇਰੇ ਵੱਲੋਂ ਲੱਖ ਲੱਖ ਵਾਰੀ ਸਤਿ ਸ੍ਰੀ ਅਕਾਲ, ਆਦਾਬ। ਇਹ ਖੁਸ਼ਕਿਸਮਤੀ ਦਾ ਦਿਹਾੜਾ ਹੈ ਕਿ ਅੱਜ ਮਾਣਕ ਸਾਹਿਬ ਨੂੰ ਜ਼ਿੰਦਗੀ 'ਚ ਰੂਬਰੂ ਪਹਿਲੇ ਦਿਨ ਮੈਂ ਸੁਣਿਆ। ਔਰ ਇੱਕ ਐਡਾ ਮਹਾਨ ਕਲਾਕਾਰ, ਉਹਨਾਂ ਨੂੰ ਅੱਲਾਹ ਤਾਲਾ ਨੇ ਇਹ ਭਾਗ ਹੀ ਇਸ ਨੀਅਤ 'ਤੇ ਲਾਏ ਨੇ ਕਿ ਉਹ ਮੁਹੱਬਤ ਕਰਦੇ ਨੇ ਔਰ ਸੱਚਾ ਫਨਕਾਰ ਹੈ। ਅੱਲਾਹ ਤਾਲਾ ਇਹਨਾਂ ਨੂੰ ਸਦਾ ਸਲਾਮਤ ਰੱਖੇ ਔਰ ਆਵਾਜ਼ ਕਲਾਮ ਸਲਾਮਤ ਰੱਖੇ। ਉਹ ਦਿਲੋਂ ਵੀ ਜਵਾਨ ਨੇ ਅਤੇ ਆਵਾਜ਼ ਵੀ ਜਵਾਨ ਹੈ। ਤੁਸੀਂ ਵੀ ਇਹਨਾਂ ਦੇ ਵਾਸਤੇ, ਇਹਨਾਂ ਦੀ ਜ਼ਿੰਦਗੀ ਵਾਸਤੇ ਦੁਆ ਕਰੋ। ਮੈਂ ਇਸ ਮੌਕੇ 'ਤੇ ਬੜਾ ਮਸ਼ਕੂਰ ਹਾਂ ਆਪਣੇ ਵੀਰ ਸਾਹਿਬ ਥਿੰਦ ਦਾ ਔਰ ਇਸ ਪੂਰੀ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਯਾਦ ਫਰਮਾਇਆ। ਕਾਫੀ ਦਿਨਾਂ ਤੋਂ, ਕਾਫੀ ਸਾਲਾਂ ਤੋਂ ਇਹ ਪ੍ਰੋਗਰਾਮ ਬਣ ਰਿਹਾ ਸੀ, ਪਰ ਮੈਂ ਕਿਹਾ ਜ਼ਿੰਦਗੀ ਦਾ ਕੋਈ ਪਤਾ ਨਹੀਂ, ਸ਼ੌਕਤ ਅਲੀ ਇਸ ਮੇਲੇ 'ਚ ਜ਼ਰੂਰ ਹਾਜ਼ਰੀ ਦੇ। ਕਿਉਂਕਿ ਜਿਸ ਤਰ੍ਹਾਂ ਤੁਸੀਂ ਇਹ ਰਸਮ ਦੇਖ ਰਹੇ ਸੋ ਪੱਗ ਵਟਾਉਣ ਦੀ, ਬਾਬਾ ਬਾਰਾ ਸ਼ਾਹ ਸਰਕਾਰ ਦਾ ਉਰਸ ਸੀ ਔਰ ਪੂਰਾ ਪੰਜਾਬ, ਇੱਧਰਲਾ ਪੰਜਾਬ ਵੀ ਅਤੇ ਉੱਧਰ ਵੀ ਅਸੀਂ ਸਾਰੇ ਇਕੱਠੇ ਸਾਂ। ਔਰ ਦੁਆ ਕਰੋ ਕਿ ਪਰਵਰਦਿਗਾਰ ਵਾਹਿਗੁਰੂ ਇਹ ਸਾਂਝ ਸਲਾਮਤ ਰਹੇ। ਔਰ ਇਸੇ ਮੈਂ ਹਾਮਦ ਰਾਣਾ ਸਾਹਿਬ, ਸੋਨਾ ਚਾਂਦੀ ਇਹਨਾਂ ਦਾ ਮਸ਼ਕੂਰ ਹਾਂ ਕਿ ਇਹ ਮੈਨੂੰ ਲੈ ਕੇ ਆਏ। ਮੈਂ ਚਾਹਾਂਗਾ ਕਿ ਰਾਣਾ ਸਾਹਿਬ ਕੋ ਗੱਲ ਕਰੋ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਤੁਸੀਂ ਯਕੀਨ ਕਰੋ ਕਿ ਅੱਜ ਦਾ ਦਿਨ ਬੜਾ ਖੁਸ਼ਨਸੀਬ ਦਿਨ ਹੈ ਕਿ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ ਅੱਜ ਇਕੱਠੇ ਹੋ ਗਏ ਨੇ। ਇਹਦੇ ਵਿੱਚ ਸਾਹਿਬ ਥਿੰਦ ਦਾ ਬੜੀ ਮਿਹਨਤ ਹੈ ਇਹਨਾਂ ਦੀ। ਇਹ ਕੋਈ 12 ਸਾਲ ਤੋਂ ਮੇਰੇ ਪਿੱਛੇ ਪਏ ਸਨ ਕਿ ਜੀ ਸ਼ੌਕਤ ਸਾਨੂੰ ਲੈ ਕੇ ਆਓ। ਸ਼ੌਕਤ ਸਾਹਿਬ ਦੇ ਘਰ ਮੈਂ ਬਕਾਇਦਾ ਜਾਂਦਾ ਰਿਹਾ ਔਰ ਰਿਕੁਐਸਟ ਕਰਦਾ ਰਿਹਾ ਔਰ ਦੱਸਦਾ ਰਿਹਾ ਕਿ ਸਰੀ 'ਚ ਇਹਨਾਂ ਨਾਲ ਲੋਕ ਕਿੰਨਾ ਪਿਆਰ ਕਰਦੇ ਨੇ ਅਤੇ ਇਹ ਬੜੇ ਹੈਰਾਨ ਹੁੰਦੇ ਸੀ ਮੇਰੀ ਗੱਲਾਂ ਸੁਣ ਕੇ। ਅਤੇ ਅੱਜ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਉਹਨਾਂ ਨਾਲ ਕਿੰਨਾ ਪਿਆਰ ਕਰਦੇ ਹੋ। ਤਾੜੀਆਂ ਅੱਲਾ ਦੇ। ਜਾਨਕ ਵਿੱਚ ਤਰ ਕੇ ਉਹ ਛੱਲਾ ਬੇਰੀ ਉਹ ਬੂਰੇ ਛੱਲਾ ਬੇਰੀ ਬੂਰੇ ਵਤਨ ਮਾਇਦਾ ਬੂਰੇ ਵਤਨ ਮਾਇਦਾ ਬੂਰੇ ਵਤਨ ਮਾਇਦਾ ਬੂਰੇ ਵਤਨ ਮਾਇਦਾ ਉਹ ਤੂਰੇ ਵਤਨ ਮਾਇਦਾ ਦੂਰੇ ਜਾਣਾ ਪਹਿਲੇ ਪੂਰੇ ਜਾਣਾ ਪਹਿਲੇ ਉਹ ਪੂਰੇ ਗੱਲ ਸੁਣ ਚੱਲਿਆ ਉਹ ਛੋਰਾ ਓਏ ਦਿਲੋਂ ਲਾਇਆ ਏ ਛੋਰਾ
छल्ला जेरा जबरा छल्ला जेरा ओ जबरा मोए अमलिया ने खबरा जूद लेना खबरा मोए अमलिया ने खबरा जूद लेना खबरा गल सुन चलिया ओ बेड़े अल्लाह संग नानक खेड़े